ਗੁਰੂ ਪਿਆਰਿਓ ਤੁਸੀਂ ਨੋਟ ਕਰਿਓ ਡਾਕਟਰ ਕਮਲਜੀਤ ਸਿੰਘ ਵੀਰ ਦੇ ਵਿਚਾਰ ਜ਼ਰੂਰ ਸੁਣਿਓ ਤੁਸੀਂ ਸਰਚ ਵੀ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ ਬਾਰੇ ਤੁਸੀਂ ਖੁਦ ਜਾਣੋਗੇ 1 ਵਰਲਡਸ ਸਰਕਾਰ ਸਾਥ ਸੰਗਤ ਤੁਹਾਨੂੰ ਪਤਾ ਲੱਗੇਗਾ ਵੀ ਅਸਲ ਦੇ ਵਿੱਚ ਕੀ ਕਾਰਨ ਹੈ ਇਹ ਕੀ ਹੈ ਕੈਨੇਡਾ ਔਰ ਭਾਰਤ ਦੇ ਰੋਲੇ ਦੇ ਵਿੱਚਕਾਰ ਕੀ ਚੱਲ ਰਿਹਾ ਹੈ ਤੁਹਾਨੂੰ ਖੁਦ ਨੂੰ ਪਤਾ ਲੱਗਣਾ ਹੈ ਤੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਹੈ ਜਿਸ ਦੀ ਵਰਤੋਂ ਜ਼ਰੂਰ ਹੁੰਦੀ ਹੈ ਉਸ ਸ਼ਬਦ ਦੀ ਵਰਤੋਂ ਆਪਾਂ ਜ਼ਰੂਰ ਕਰਦੇ ਆਂ ਆਪਾਂ ਨੇ ਸੁਣਿਆ ਵੀ ਹੋਏਗਾ ਨਹੀਂ ਸੁਣਿਆ ਤਾਂ ਸੁਣੋ ਨਿਊ ਵਰਲਡ ਆਰਡਰ ਇਹ ਕੀ ਹੈ ਇਹ ਚੀਜ਼ ਹੈ ਇਹ ਤੁਹਾਡੇ ਬੈਂਕਾਂ ਤੇ ਡਾਕੇ ਪੈਣ ਦੀ ਸਕੀਮ ਹੈ ਮੋਦੀ ਅਤੇ ਟਰੂਡੋ ਇਹ ਦੋਨੇ ਰਲੇ ਹੋਏ ਨੇ ਇਹਨਾਂ ਦਾ ਕੀ ਹੈ ਨਿਊ ਵਰਲਡ ਆਰਡਰ ਇੱਕ ਸਰਕਾਰ ਇੱਕ ਕਰੰਸੀ ਤੇ ਲੋਕਾਂ ਦੇ ਸਾਹਮਣੇ ਇੱਕ ਅੱਡ ਹੋ ਕੇ ਦਿਖਾਉਣਾ ਪ੍ਰਾਈਮ ਪ੍ਰਾਈਮ ਮਿਨਿਸਟਰ ਪ੍ਰਾਈਮ ਦਾ ਮਤਲਬ ਵੀ ਪ੍ਰਾਈਮ ਉਹ ਉਹ ਮੇਨ ਹੈ ਆਪਾਂ ਨੂੰ ਲੱਗਦਾ ਹੈ ਵੀ ਟਰੂਡੋ ਸਰਕਾਰ ਚਲਾ ਰਿਹਾ ਹੈ ਕੈਨੇਡਾ ਦੀ ਇੱਧਰ ਲੱਗਦਾ ਹੈ ਭਾਰਤ ਦੇ ਵਿੱਚ ਮੋਦੀ ਸਰਕਾਰ ਚਲਾ ਰਿਹਾ ਹੈ ਦਿੱਲੀ ਦੇ ਵਿੱਚ ਲੱਗਦਾ ਹੈ ਵੀ ਅਰਵਿੰਦ ਕੇਜਰੀਵਾਲ ਦੇ ਹੱਥ ਚੀ ਸਭ ਕੁਝ ਹੈ ਦਿਖਾਇਆ ਕੁਝ ਹੋਰ ਜਾਂਦਾ ਹੈ ਕੀਤਾ ਕੁਝ ਹੋਰ ਜਾਂਦਾ ਹੈ ਤੇ ਲੋਕਾਂ ਨੂੰ ਲੜਕੇ ਦਿਖਾਇਆ ਜਾਂਦਾ ਹੈ ਪਰ ਵਿੱਚੋਂ ਸਾਰੇ ਕਿਉਂ ਖਿਚੜੀ ਨੇ ਹੁਣ ਮੋਦੀ ਤੇ ਟਰੂਡੋ ਇਹ ਨਾ ਸਮਝਿਓ ਵੀ ਇਹ ਦੋਨੇ ਲੜਕੇ ਬੈਠੇ ਨੇ ਇਹ ਲੜਕੇ ਨਹੀਂ ਬੈਠੇ ਇਹ ਰਿਲੇਸ਼ਨ ਖਰਾਬ ਦਾ ਕੋਈ ਚੱਕਰ ਨਹੀਂ ਇਹ ਅਸਲ ਦੇ ਵਿੱਚ ਪਹਿਲਾ ਪੁਆਇੰਟ ਇਹ ਹੈ ਕਿ ਭਾਰਤੀਆਂ ਦੇ ਵੀਜ਼ੇ ਬੰਦ ਕਰਨੇ ਜਾਣ ਬੁੱਝ ਕੇ ਹੁਣ ਵੋਟਾਂ ਆ ਗਈਆਂ ਸਰਕਾਰ ਸਾਡੀ ਵਾਵਾ ਖੱਟੂਗੀ ਵੋਟਾਂ ਲੈਣੀਆਂ ਨੇ ਦੁਬਾਰਾ ਤਾਂ ਕਰਕੇ ਦੂਜੀ ਗੱਲ ਇਹ ਸਾਰੇ ਰਲੇ ਹੋਏ ਨੇ ਇਹਨਾਂ ਦਾ ਆ ਮਕਸਦ ਕੀ ਹੈ ਨਿਊ ਵਰਲਡ ਆਰਡਰ ਇੱਕੋ ਹੀ ਆਰਡਰ ਹੋਵੇ ਸਭ 바ਸੇ ਇੱਕੋ ਹੀ ਚੀਜ਼ ਹੋਵੇ ਇਹ ਚੀਜ਼ਾਂ ਨੇ ਹੁਣ ਅਜੰਡੇ ਕੀ ਨੇ ਮੁਖ ਵੀ ਸਭ ਕੁਝ ਇਹ ਹੋਵੇ ਸਾਡੀਆਂ ਬੈਂਕਾਂ ਤੇ ਡਾਕੇ ਪਾਉਣੇ ਨਿਊ ਕਰੰਸੀ ਤੇ ਸਾਰੀਆਂ ਚੀਜ਼ਾਂ ਆਡ-ਆਡ ਇੱਕੋ ਹੀ ਚੀਜ਼ ਕਰਕੇ ਹੁਣ ਆਪਾਂ ਨੂੰ ਲੱਗਦਾ ਵੀ ਮੋਦੀ ਸਰਕਾਰ ਚਲਾ ਰਿਆ ਪਰ ਨਹੀਂ ਉਹਦੇ ਉੱਤੇ ਕੁਝ ਹੋਰ ਬੰਦੇ ਨੇ ਜੋ ਸਰਕਾਰ ਚਲਾ ਰਹੇ ਨੇ ਉਹਦੇ ਉੱਤੇ ਕੁਝ ਹੋਰ ਨੇ ਜੋ ਸਰਕਾਰ ਚਲਾ ਰਹੇ ਨੇ ਸਾਰ ਸੰਗਤ ਉਹਦੇ ਉੱਤੇ ਕੁਝ ਹੋਰ ਨੇ ਜੋ ਬੈਠੇ ਨੇ ਜਿਨ੍ਹਾਂ ਦੇ ਆਸਰੇ ਉਹਨੇ ਚੱਲਣਾ ਹੈ ਕੇਜਰੀਵਾਲ ਕਿਸੇ ਹੋਰ ਦੇ ਸਹਾਰੇ ਕਿਸੇ ਹੋਰ ਦੇ ਅਲੱਗ-ਅਲੱਗ ਤਰ੍ਹਾਂ ਦੇ ਸਿਸਟਮ ਨੇ ਇੱਕ ਬੰਦਾ ਕਦੇ ਵੀ ਨਹੀਂ ਇਹ ਸਾਰੇ ਰਲ ਮਿਲ ਕੇ ਕੰਮ ਕਰਦੇ ਨੇ ਹੁਣ ਜੇ ਕਿਹਾ ਟਰੂਡੋ ਟਰੂਡੋ ਨਿਰਭਰ ਹੈ ਅਮਰੀਕਾ ਤੇ ਅਮਰੀਕਾ ਇੰਗਲੈਂਡ ਤੇ ਇਦਾਂ ਸਾਰੇ ਚੀਜ਼ਾਂ ਇੱਦੇ ਇੱਕ ਦੂਜੇ ਨਾਲ ਨਿਰਪਰ ਹੋ ਕੇ ਚੱਲਦੀਆਂ ਲੈਣ ਦੇਣ ਆਉਣ ਜਾਣ ਕੰਮ ਕਾਜ ਸਾਰੇ ਇੱਕ ਦੂਜੇ ਦੀ ਦੇਖਭਾਲ ਦੇ ਵਿੱਚ ਹੁੰਦੇ ਨੇ ਜੇ ਕਈ ਇਹ ਵੀ ਇਕੱਲੇ ਚਲਾਉਂਦੇ ਨੇ ਇਕੱਲਾ ਹੀ ਕਰਦਾ ਉਹ ਸਾਡੀ ਬੇਵਕੂਫੀ ਹੋਏਗੀ ਜੇ ਹੁਣ ਕਈ ਇਹ ਵੀ ਕੈਨੇਡਾ ਦੇ ਨਾਲ ਸਾਡਾ ਰਿਸ਼ਤਾ ਵਿਗੜ ਗਿਆ ਬਹੁਤ ਹਰਾਨੀ ਦੀ ਗੱਲ ਹੈ ਟੈਨਸ਼ਨ ਨਾ ਲਓ ਇਹ ਚੀਜ਼ਾਂ ਸਾਡੀ ਹਮਦਰਦੀ ਖੱਟਣ ਦੇ ਲਈ ਨੇ ਵਿੱਚੋਂ ਸਾਰੇ ਇਹ ਇੱਕੋ ਹੀ ਨੇ ਤੇ ਇਹ ਸ਼ਾਇਦ ਪਾਲਿਸੀ ਵੀ ਹੋ ਸਕਦੀ ਹੈ ਉਧਰੋਂ ਭਾਰਤੀਆਂ ਨੂੰ ਇੱਧਰ ਕੱਢਣ ਦੀ ਨਵੇਂ ਵੀਜ਼ੇ ਰੱਦ ਕਰਨ ਦੀ ਤੇ ਉਧਰ ਲਈ ਵਾਧੀ ਹੋਈ ਇੰਡੀਅਨ ਦੀ ਆਬਾਦੀ ਨੂੰ ਘੱਟ ਕਰਨ ਦੇ ਲਈ ਇਹ ਇੱਕ ਬਹੁਤ ਵੱਡੀ ਸੋਚੀ ਸਮਝੀ ਹੋਈ ਪਾਲਿਸੀ ਵੀ ਹੈ ਇਹ ਗੱਲ ਯਾਦ ਰੱਖੋ ਕਬਰਾਓ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਹੌਲੀ-ਹੌਲੀ ਸਾਨੂੰ ਆਪ ਹੀ ਸਮਝ ਆ ਜਾਣਾ ਇੱਕ ਦੂਜੇ ਨਾਲ ਨਾ ਲੜੋ ਏਜੰਟਾਂ ਦੇ ਥਾਗਾ ਦੇ ਸ਼ਿਕਾਰ ਨਾ ਬਣੋ ਆਪੋ ਆਪਣੇ ਪੈਸੇ ਫਸਾ ਕੇ ਨਾ ਬੈਠੋ ਕਾਰਾਂ ਦੇ ਵਿੱਚ ਲੜਾਈਆਂ ਨਾ ਪਾਓ ਇਹ ਬੇਨਤੀਆਂ ਮੈਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ